ਜਾਂਦੇ ਸਰ ਜਿਹੜੇ ਬੱਚੇ ਹੈ ਚਲੇ ਜਾਂਦੇ ਕੈਨੇਡਾ ਦੇ ਵਿੱਚ ਅਸੀਂ ਉਹਨਾਂ ਦੀ ਵੀ ਖਬਰਾਂ ਸੁਣਦੇ ਹਾਂ ਵੀ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਅਤੇ ਹਰ ਨਾਲ ਦੀ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹ ਉੱਥੇ ਕੀ ਕਾਰਨ ਹੁੰਦਾ ਹੈ? ਜਾਂਦੇ ਸਾਰ ਬਹੁਤ ਜ਼ਿਆਦਾ ਪ੍ਰੈਸ਼ਰ ਪੈਂਦਾ ਜੀ ਉਹਨਾਂ ਦੇ ਜਾਂਦੇ ਸਾਰੇ ਉਹਨਾਂ ਨੂੰ ਮਤਲਬ ਜਿਹੜਾ ਉਦੋਂ ਤਾਂ ਇੰਨਾ ਜ਼ਿਆਦਾ ਉਹਨਾਂ 'ਤੇ ਮੈਕਸੀਮਮ ਜਿਹਨੂੰ ਕਹਿੰਦੇ ਪ੍ਰੈਸ਼ਰ ਉਦੋਂ ਹੁੰਦਾ ਜਦੋਂ ਬੱਚਾ ਜਾਂਦਾ ਉੱਥੇ ਇੱਥੋਂ ਕਰਜ਼ਾ ਕੁਰਜ਼ਾ ਮਾਂ ਪਿਓ ਨੇ ਕਈਆਂ ਨੇ ਚੁੱਕ ਕੇ ਭੇਜਿਆ ਹੁੰਦਾ ਤੇ ਉਹਨੂੰ ਉੱਥੇ ਜਾ ਕੇ ਪਤਾ ਲੱਗਦਾ ਵੀ ਜਿੰਨਾ ਕਰਜ਼ਾ ਜੇ ਚੱਕਿਆ ਉਨਾ ਵੀ ਕਾਫੀ ਨੇ, ਕੋਈ ਫੀਸ ਦੇਣੀ ਪੈਂਦੀ ਹੈ, ਜਿੰਨੇ ਉਹਨਾਂ ਨੂੰ ਉਮੀਦ ਹੁੰਦੀ ਹੈ ਕੰਮ ਨਹੀਂ ਮਿਲਦਾ ਜਾਂ ਜਿੰਨਾ ਉਹਨਾਂ ਨੂੰ ਜਿੰਨਾ ਚਾਹੀਦਾ ਕੰਮ ਉਹਨਾਂ ਨੂੰ ਮਿਲਦਾ। ਇੱਥੋਂ ਮਾਂ ਬਾਪ ਦਾ ਉਹਨੂੰ ਕਹਿੰਦਾ ਵੀ ਇਹਨਾਂ ਨੇ ਉਹ ਕਰਜ਼ਾ ਲਿਆ ਜਾਂ ਕੀ ਵੀ, ਉਹ ਕਹਿੰਦਾ ਵੀ ਕੋਈ ਕਮਾ ਕੇ ਸਾਨੂੰ ਤੇ ਉਹਦੀ ਉੱਥੇ ਫੀਸ ਨਹੀਂ ਦਿੱਤੀ ਜਾ ਰਹੀ। ਉਹ ਫਿਰ ਉਹ ਕਹਿੰਦਾ ਵੀ ਅੱਗੇ ਹੀ ਮੇਰੀ ਜਿਹੜੀ ਇੱਥੇ ਆਉਣ 'ਤੇ ਮਾਂ ਬਾਪ ਨੇ ਇੰਨਾ ਮੇਰੇ 'ਤੇ ਖਰਚ ਕੀਤਾ, ਹੁਣ ਉੱਥੇ ਮਤਲਬ ਉਹਨੂੰ ਉੱਥੇ ਹੋਰ ਜ਼ਿਆਦਾ ਖਰਚੇ ਪੈ ਜਾਂਦੇ ਆ, ਫਿਰ ਪੱਕਾ ਹੋਣ ਦੇ ਹੋਰ ਜ਼ਿਆਦਾ ਖਰਚੇ ਆ ਪੀ ਆਰ ਲੈਣ ਦੇ। ਤਾਂ ਉਹ ਫਿਰ ਬੱਚਾ ਕਹਿੰਦਾ ਅੱਗੇ ਹੀ ਮੇਰੇ ਮਾਂ ਪਿਓ ਨੇ ਇੰਨਾ, ਉਹਦੇ 'ਤੇ ਬਹੁਤ ਜ਼ਿਆਦਾ ਬੱਚੇ 'ਤੇ ਦਬਾਅ ਮਾਨਸਿਕ ਪੈਂਦਾ ਕਿ ਉਹਨੂੰ ਮਤਲਬ ਉਹਦਾ ਪ੍ਰੈਸ਼ਰ ਪੈਸੇ ਦਾ ਇੰਨਾ ਜ਼ਿਆਦਾ ਪੈ ਜਾਂਦਾ, ਉਦੋਂ ਕੰਮ ਮਿਲ ਨਹੀਂ ਰਿਹਾ ਹੈ, ਤੇ ਫਿਰ ਉਹਨੂੰ ਮਤਲਬ ਜਿਹੜਾ ਉਹ ਕਹਿੰਦਾ ਮੈਂ ਕਰਾਂ ਤੇ ਕੀ ਕਰਾਂ ਹੈ। ਤੋ ਇਹ ਜਿਹੜੀ ਚੀਜ਼ ਤੁਸੀਂ ਕਹਿੰਦੇ ਜਾਂਦੇ ਸਾਰੇ ਬੰਦੇ ਦੇ ਉੱਪਰ ਜਿਹੜਾ, ਸਗੋਂ ਸਭ ਤੋਂ ਜ਼ਿਆਦਾ ਪ੍ਰੈਸ਼ਰ ਜਾਂਦੇ ਆ ਤੇ ਨਵੇਂ ਬੰਦੇ ਤੇ ਪੈ ਰਿਹਾ ਬਹੁਤ ਜ਼ਿਆਦਾ। ਜੇ ਉੱਥੇ ਹੌਲੀ ਹੌਲੀ ਕੰਮ ਵੀ ਕਰਨ ਲੱਗ ਜਾਂਦੇ ਤਾਂ ਪਹਿਲੀ ਗੱਲ ਇਹ ਹੁੰਦੀ ਹੈ ਵੀ ਆਪਣੀ ਕਾਲਜ ਦੀ ਫੀਸ ਵਾਸਤੇ ਉਹਨਾਂ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈ ਰਿਹਾ, ਫਿਰ ਪੀ ਆਰ ਹਾਸਲ ਕਰਨ ਵਾਸਤੇ, ਫਿਰ ਉਹ ਉੱਥੇ ਇੱਕ ਦੌੜ ਸ਼ੁਰੂ ਹੋ ਜਾਂਦੀ ਹੈ ਵੀ ਗੱਡੀ ਲੈਣੀ ਹੈ, ਫਿਰ ਇੱਕ ਘਰ ਲੈਣਾ ਅਤੇ ਉੱਥੇ ਜੋ ਕਮਾਈ ਕਰਦੇ ਆ ਅਤੇ ਫਿਰ ਉਹ ਉੱਥੇ ਉੱਥੇ ਲੱਗੀ ਜਾਂਦੇ ਅਤੇ ਇਸ ਗੱਲ ਕਰਕੇ ਵੀ ਸਟ੍ਰੈਸ ਦੇ ਵਿੱਚ ਰਹਿੰਦੇ ਆ। ਹੁਣ ਇਹੀ ਦੇਖੋ ਨਾ ਤੁਸੀਂ ਕਿ ਜਿਵੇਂ ਗੱਡੀ ਦੀ ਗੱਲ ਕੀਤੀ, ਹੁਣ ਉੱਥੇ ਮਤਲਬ ਜਿਹੜੇ ਬਾਕੀ ਸਟੂਡੈਂਟ ਹੋਣਗੇ ਬਾਕੀ ਦੇਸ਼ਾਂ ਦੇ ਉਹਨਾਂ 'ਤੇ ਇੰਨਾ ਦਬਾਅ ਨਹੀਂ ਹੈ, ਸਾਡੇ ਜਿਹੜੇ ਉਹਨੂੰ ਉੱਥੇ ਹੈਗੇ ਨੇ ਉਹਨਾਂ ਨੂੰ ਮਹਿੰਗੀਆਂ ਮਹਿੰਗੀਆਂ ਗੱਡੀਆਂ ਕਹਿੰਦੇ, ਇੱਥੇ ਤਾਂ ਯਾਰ ਲੈ ਲਓ ਤੁਸੀਂ ਉਹ ਜਾ ਕੇ ਇੰਨੇ ਇੰਨੀਆਂ ਕੀਮਤੀ ਗੱਡੀਆਂ, ਹਾਲੇ ਉਹਨਾਂ ਦੇ ਪੈਰ ਤਾਂ ਲੱਗੇ ਨਹੀਂ ਹੁੰਦੇ ਤੇ ਉਹ ਗੱਡੀਆਂ ਇੰਨੀਆਂ, ਉਹ ਕਹਿੰਦੇ ਤੁਹਾਨੂੰ ਦਵਾ ਦਿੰਦੇ ਹਾਂ। ਆਪਣੇ ਬੰਦੇ ਉਹਨੂੰ ਮਤਲਬ ਉਹਨੂੰ ਉਹਨਾਂ ਨੇ ਆਪਣਾ ਦੇਖਣਾ, ਅਸੀਂ ਤਾਂ ਗੱਡੀ ਵੇਚਣੀ ਹੈ, ਇਹ ਨਹੀਂ ਦੇਖਦਾ ਵੀ ਅਗਲਾ ਗੱਡੀ ਲੈ ਕੇ ਤੇ ਉਹ ਕਹਿੰਦੇ ਤੁਹਾਨੂੰ ਫਿਕਰ ਨਾ ਕਰੋ ਤੁਹਾਨੂੰ ਅਸੀਂ ਲੋਨ ਦਵਾ ਦਾਂਗੇ। ਹੁਣ ਲੋਨ ਦਵਾ ਕਿਸ਼ਤਾਂ ਵੀ ਤਾਂ ਉਹਨੇ ਦੇਣੀਆਂ, ਕਿਸ਼ਤਾਂ ਕਿੱਥੋਂ ਦਏਗਾ? ਠੀਕ ਹੈ, ਇਹ ਚੀਜ਼ ਬਾਕੀ ਭਾਈਚਾਰਿਆਂ 'ਚ ਨਹੀਂ ਹੈ ਕਿ ਕੋਈ ਤੁਹਾਨੂੰ ਆ ਕੇ ਕਹੇ ਭਾਈ ਤੂੰ ਗੱਡੀ ਲੈ ਲੈ ਗੱਡੀ ਲੈ ਲੈ। ਅੱਛਾ, ਫਿਰ ਸਾਡੇ ਇੱਦਾਂ ਹੀ ਹੁੰਦਾ ਕਿ ਜਿਹੜੇ ਕੋਈ ਵੀ ਚੀਜ਼ ਲੈਣੀ ਹੈ ਤਾਂ ਸਾਡੇ ਬੰਦੇ ਜਿਹੜੇ ਨੇ ਉਹ ਕਹਿੰਦੇ ਹਾਂਜੀ ਤੈਨੂੰ ਲੋਨ ਦਵਾ ਦਿੰਦੇ ਹਾਂ ਤੈਨੂੰ ਕਿਸ, ਮਤਲਬ ਝੂਠੇ ਸੱਚੇ ਕਾਗਜ਼ ਬਣਾ ਕੇ ਜੋ ਆਪਣੇ ਚੱਲ ਰਿਹਾ ਇੱਥੇ। ਇੱਥੇ ਤੁਹਾਨੂੰ ਪਤਾ ਜੋ ਪ੍ਰਵਾਸ ਤਾਂ ਹੈ ਹੀ, ਮਤਲਬ ਝੂਠੇ ਵਰਤਾਨ ਤੇ ਸਾਰਾ ਕੁਛ, ਬਹੁਤ ਸਾਰੀਆਂ ਗੱਲਾਂ ਝੂਠੀਆਂ ਹੁੰਦੀਆਂ ਨੇ ਜੀ ਜੀ, ਭਾਵੇਂ ਵਿਆਹ ਹੋਵੇ ਉਹ ਵੀ ਪਹਿਲਾਂ ਵਿਆਹ ਹੁੰਦੇ ਸੀ ਝੂਠੇ, ਹੁਣ ਆਈਲੈਟ ਹੋ ਰਹੇ ਨੇ ਇਹ ਵੀ ਝੂਠੇ ਹੁੰਦੇ ਨੇ ਬਹੁਤ ਸਾਰੇ। ਤੁਹਾਨੂੰ ਪਤਾ ਕਿ ਵੀ ਇੱਥੇ ਕਹਿੰਦਾ ਵੀ ਇੱਕ ਆਈ ਨੰਬਰ ਜਿਹੜਾ ਲੈਣਾ ਬੈਂਡ, ਇੱਕ ਲੱਖ ਦਾ ਬੈਂਡ ਵੀ ਵਿਕਦਾ, ਉਹ ਤੁਹਾਨੂੰ ਝੂਠਾ ਆਈਲੈਟ ਕਰ, ਔਰ ਤੁਸੀਂ ਕਹੋਗੇ ਇਹਦਾ ਸਬੂਤ ਕੀ ਹੈ ਕਿ ਝੂਠੇ ਆਈਲੈਟ ਹੁੰਦੇ ਆ? ਹੁਣ ਅੱਠ ਅੱਠ ਬੈਂਡ ਇੱਥੋਂ ਲਏ ਹੁੰਦੇ ਆ, ਜੋ ਕੈਨੇਡਾ ਜਾ ਕੇ ਉਤਰਦੇ ਆ ਤੇ ਉਹਨਾਂ ਨੂੰ ਅੰਗਰੇਜ਼ੀ ਬੋਲਣੀ ਇੱਕ ਅੱਖਰ ਨਹੀਂ ਆਉਂਦਾ, ਤੇ ਜਿਹੜਾ ਬੰਦਾ ਅੱਠ ਬੈਂਡ ਲੈ ਉਹਨੂੰ ਅੰਗਰੇਜ਼ੀ ਕਿੱਥੋਂ ਮਤਲਬ ਬੋਲਣੀ ਕਿਉਂ ਨਹੀਂ ਆ ਰਹੀ? ਇਹੋ ਜਿਹੇ ਕਈ ਕੇਸ ਉਹਨਾਂ ਨੇ ਫੜੇ ਨੂੰ ਪੁੱਛਦੇ ਨੇ, ਤੂੰ ਤਾਂ ਯਾਰ ਆਈਲੈਟ ਕਿਤੇ, ਤੈਨੂੰ ਤਾਂ ਸਾਡੀ ਗੱਲ ਹੀ ਨਹੀਂ ਸਮਝ ਆ ਰਹੀ, ਤੈਨੂੰ ਤਾਂ ਅੰਗਰੇਜ਼ੀ ਨਹੀਂ ਆਉਂਦੀ। ਤੋ ਇਹ ਮਤਲਬ ਇਹ ਝੂਠ ਇੰਨੇ ਵੱਡੇ ਪੱਧਰ ਤੇ ਚੱਲ ਰਿਹਾ ਇਸ ਪ੍ਰਵਾਸ ਦੇ ਵਿੱਚ, ਇਹ ਝੂਠੇ ਵਰਤਾਨ ਤੇ ਹੀ ਪ੍ਰਵਾਸ ਹੋ ਰਿਹਾ। ਤੋ ਇਸ ਕਰਕੇ ਜਿਹੜਾ ਇਹ ਵੀ ਜਿਹੜਾ ਕਿ ਬਾਕੀਆਂ ਤੇ ਫਿਰ ਅਸੀਂ ਉਸ ਝੂਠ ਦੇ ਮੱਕੜ ਜਾਲ ਚ ਆਪ ਹੀ ਫਸ ਜਾਂਦੇ ਹਾਂ, ਉਹਦੇ ਵਿਕਟਮ ਬਣ ਜਾਂਦੇ ਹਾਂ ਕਿ ਮਤਲਬ ਕਿ ਬਾਕੀਆਂ ਨੂੰ ਨਹੀਂ ਹੈ ਕੋਈ ਕਹਿਣ ਵਾਲਾ ਯਾਰ ਤੂੰ ਵਧੀਆ ਗੱਡੀ ਲੈ, ਹੁਣ ਇੱਥੇ ਆ ਕੇ ਆਡੀ ਲੈ ਮਰਸੇਡੀ ਲੈ, ਵੀ ਜਿਹੜਾ ਬੰਦੇ ਦੇ ਹਾਲੇ ਪੈਰ ਵੀ ਨਹੀਂ ਰੱਖੇ ਉਹਨੂੰ ਉਹਦੇ ਤੋਂ ਇੱਕ ਮਹਿੰਗੀ ਗੱਡੀ ਦਵਾ ਦਿੰਦੇ, ਫਿਰ ਉਹਨੂੰ ਮਤਲਬ ਇੰਨੀਆਂ ਜ਼ਿਆਦਾ ਕਿਸ਼ਤਾਂ, ਫਿਰ ਉਹਦੇ ਤੇ ਇੱਕ ਦਮ ਪੈਂਦਾ ਯਾਰ ਇੰਨੇ ਮੈਂ ਕਿੱਥੋਂ ਦੇਵਾਂਗਾ। ਹੁਣ ਦੂਜਿਆਂ ਨੂੰ ਕੋਈ ਕਹਿਣ ਵਾਲਾ ਨਹੀਂ ਇੱਦਾਂ ਵੀ ਤੂੰ ਯਾਰ ਤੂੰ ਲੈ ਇੱਕਦਮ। ਤੋ ਇਹ ਜਿਹੜੀਆਂ ਚੀਜ਼ਾਂ ਨੇ ਸਾਡੀਆਂ ਜਿਹੜੀਆਂ ਇਸ ਇੱਦਾਂ ਹੀ ਕੋਈ ਵੀ ਜਿਹੜਾ ਕਰਜ਼ਾ ਦਵਾਉਣ ਸਾਡੇ ਜਿਹੜੇ, ਕਿਉਂਕਿ ਸਾਡੇ ਤਾਂ ਹੋ ਗਈ ਹੈ ਜਿੱਦਾਂ ਮਾਹਰ ਹੋ ਗਏ ਸੀ ਇੱਥੇ, ਇੱਥੇ ਵੀ ਤੂੰ ਦੇਖ ਲਓ ਕਿ ਕਿੱਦਾਂ ਅਸੀਂ ਕਰਜ਼ੇ ਲੈ ਲੈਂਦੇ ਚੱਕ, ਜਿਹੜੇ ਜਿਹੜੇ ਸਾਡੇ ਕੋਲ ਉਹੋ ਜਿਹੇ ਹੁੰਦੇ ਨਹੀਂ ਜਿਹਨੂੰ ਆਪਾਂ ਅੰਗਰੇਜ਼ੀ 'ਚ ਐਸੈਟ ਕਹਿੰਦੇ ਹਾਂ, ਤੇ ਉਹਦੇ 'ਚ ਵੀ ਝੂਠੇ ਨੇ ਕਿ ਬੈਂਕ ਵੀ ਉਹ ਜਿਹੜੇ ਉਹ ਵੀ ਤੁਹਾਨੂੰ ਮਿਲ ਕੇ ਕਹਿੰਦੇ ਹਾਂ ਆਹ ਭਰ ਦਿਓ ਆਹ ਕਰ ਦਿਓ ਆਹ ਕਰ ਦਿਓ, ਉਹਨਾਂ ਬੰਦੇ ਕੋਲ ਹੁੰਦਾ ਨਹੀਂ ਜਿੰਨਾ ਕਰਜ਼ਾ ਚੱਕ ਲੈਂਦਾ, ਉਹ ਇਹੀ ਸਾਡੇ ਬੱਚੇ ਉੱਥੇ ਜਾ ਕੇ ਕਰ ਰਹੇ ਆ। ਠੀਕ ਹੈ, ਲੇਕਿਨ ਉਹ ਕਰਜ਼ਾ ਹੁਣ ਜਦੋਂ ਫਿਰ ਕਰਜ਼ਾ ਤਾਂ ਦਵਾਤਾ ਉਹਨਾਂ ਨੇ ਵਿੱਚੋਂ ਆਪ ਵੀ ਪੈਸੇ ਵੀ ਖਾਣੇ ਹੁੰਦੇ ਆ, ਕਮਿਸ਼ਨ ਆਪਣੀ ਲੈ ਲਿਆ ਜਾਂ ਜੋ ਉਹਨਾਂ ਨੂੰ ਵੀ ਲਾਲਚ ਹੁੰਦਾ, ਲੇਕਿਨ ਹੁਣ ਅੱਗੋਂ ਅਗਲੇ ਦੀ ਵਾਪਸ ਕਰਨ ਦੀ ਸਮਰੱਥਾ ਜਦੋਂ ਉਹ ਨਹੀਂ ਹੁੰਦੀ ਤੇ ਉਹਦੇ ਨਾਲ ਫਿਰ ਬਹੁਤ ਜ਼ਿਆਦਾ ਬੰਦੇ ਦੇ ਪ੍ਰੈਸ਼ਰ ਪੈਂਦਾ, ਸਟ੍ਰੈਸ ਪੈਂਦਾ। ਇਹ ਵੀ ਇਹ ਮਤਲਬ ਇਹ ਵੀ ਕੰਜ਼ਿਊਮਰਿਜ਼ਮ ਦਾ ਇੱਕ ਜਿਹੜਾ ਹੈਗਾ ਬੜਾ ਵੱਡਾ ਕਾਰਨ ਹੈ, ਜਾਂ ਕੰਜ਼ਿਊਮਰਿਜ਼ਮ ਦਾ ਤੁਸੀਂ ਕਹੋ ਐਂਡ ਰਿਜ਼ਲਟ ਹੈ ਜਾਂ ਅਸਰ ਹੈ ਕਿ ਇਹ ਉਹਨੂੰ ਆਪਾਂ ਕਹਿੰਦੇ ਕਿ ਆਪਾਂ ਉਹ ਚੀਜ਼ਾਂ ਖਰੀਦ ਰਹੇ ਹਾਂ ਜਿਨ੍ਹਾਂ ਦੀ ਨਾ ਸਾਨੂੰ ਇੰਨੀ ਲੋੜ ਹੁੰਦੀ ਹੈ ਤੇ ਨਾ ਸਾਡੇ ਕੋਲ ਖਰੀਦਣ ਲਈ ਪੈਸੇ ਹੁੰਦੇ ਆ, ਇਹ ਅਸਲੀ ਕੰਜ਼ਿਊਮਰਿਜ਼ਮ ਹੈ। ਠੀਕ ਹੈ, ਹਾਂਜੀ, ਅੰਗਰੇਜ਼ੀ ਚ ਵੀ ਆਪਾਂ ਕਹਿ ਸਕਦੇ ਟੂ ਬਾਈ ਥਿੰਗਸ ਵਿਚ ਵੀ ਡੋਂਟ ਨੀਡ ਵਿਦ ਦੀ ਮਨੀ ਵਿਚ ਵੀ ਡੋਂਟ ਹੈਵ।
ਇਹ ਮਤਲਬ ਇਹ ਹੈ ਅਸਲੀ ਕੰਜ਼ਿਊਮਰ ਤਾਂ ਬਣਦਾ ਬੰਦਾ ਜਦੋਂ ਉਹ ਚੀਜ਼ਾਂ ਖਰੀਦਦਾ ਜਿਹਦੀ ਨਾ ਉਹਨੂੰ ਲੋੜ ਹੁੰਦੀ ਹੈ ਤੇ ਨਾ ਉਹਦੇ ਕੋਲ ਖਰੀਦਣ ਦੇ ਪੈਸੇ ਹੁੰਦੇ ਆ। ਅਸਲੀ ਜਿਹੜਾ ਸਿੱਕੇ ਬੰਦ ਕੰਜ਼ਿਊਮਰ ਬਣਨ ਦਾ ਇਹੀ ਇੱਕ ਤਰੀਕਾ ਹੈਗਾ। ਜੀ ਜੀ ਜੀ।